जी का खालसा वाहेगुरु जी की फतेह। प्यारे खालसा जी, आप गुरसिख संगतां दी सेवा विच स्वर्गवासी अमर सिंह जी शौकी जी दा ढाडी जथा, उन्हां दे सुपुत्र प्रगट सिंह शौकी, शिवराज सिंह जी, ज्ञानी लक्ष्मण सिंह जी चोपड़ा, सरंगी मास्टर बहादुर सिंह से यह पहली कैसट गुरसिख संगतां दी सेवा विच पेट कर रहे हैं। पंछी हंस सरोवरी बसन बागी मस्त ममोला, मुक्तसर दे विच माघी भरदी ज्यों सज व्याहिया डोला, चेत दी चौदे परे पहोए दमदमे साहिब साखी, अमृतसर दिवाली पारदी श्री आनंदपुर साहिब होला। प्यारे खालसा जी, कलगी धर पातशाह ने होली दे महान त्यौहार नूं होले विच बदल दिता। उस होले दी कहानी पजलां वाला ढाडी जथा है यो आख रहा है। आनंदपुर लाया संग ते आनंदपुर लाया संग ते गुर कलगिया वाले होला, आनंदपुर लाया संग ते गुर कलगिया वाले होला, आनंदपुर लाया संग ते गुर कलगिया वाले होला, आनंदपुर लाया संग ते गुर बाजा वाले होला। देख जाने जी संग ते देख जाने जी तो कर्मा वाले Yeah.
सुट के कलगी तर पाशाह माता गुजरी जी नू आन वाले समय की कहानी हे यो दसते हैं। सुन के माता दी गल कलगी तर जी बोल दे, सुन के माता दी गल कलगी तर जी बोल दे, इसका करने कदम उजड़ के गिरे खालसा जी कलगी तर पातशाह जी दे शस्त्रधारी सिंह शिकार नु चढ़ते ने भला भाई कैसे चढ़ते ने मारो मारे हसा बिजने दे फड़के
प्यारे सजनों, ए दुनिया तो तारी वर्षी है जेड़ी इंसान नु दोहां पासियां तो डंगदी है। इस दुमोही दुनिया दी दास्तां स्वर्गवासी अमर सिंह शौकी जी दी रचना उन्हां दा ही टाडी जथा है ओह बयान करदा है। दुनिया नहीं राजी किसे गले दिल ले जा चल गया ये।
प्यारे सजनों, ताना मर्दां दे सीने छेक कर जांदा है, मुर्दा दिलां नूं ताना महसूस नहीं हुंदा। उस ताने दी कहानी शौकी जथा इहो बयान करदा है। जंग अंदर पखते हुए मैदान अंदर वर्दी तेग अगे बिरले सूरमे नित्रिया करते हैं। मैदाने जंग अंदर जूझण वाले सूरबीर योद्धा की कहानी बहादुर सिंह से प्रगट सिंह शौकी जी का टाडी जता है यो बयान करता है। मैदान बिच
ਸ਼ਸਤਰ ਗੁਰੂ ਜੀ ਵਾਰਦਾ ਨਾ, ਨਾਲੇ ਆਪਾਂ ਨਾਲ ਦੇਸ਼ ਤੋਂ ਕੁਰਬਾਨ ਹੁੰਦਾ, ਹੱਥੀ ਪਿਤਾ ਸ਼ਹੀਦੀ ਲਈ ਤੋਰਦਾ ਨਾ, ਅੱਜ ਵੱਖਰਾ ਹੀ ਹਿੰਦੁਸਤਾਨ ਹੁੰਦਾ। ਗੁਰੂ ਗ੍ਰੰਥ ਨੂੰ ਕੋਈ ਵੀ ਪੂਜਦਾ ਨਾ, ਸਾਰੇ ਮੰਦਰਾਂ 'ਚ ਪਿਆ ਕੁਰਾਨ ਹੁੰਦਾ, ਸਿੱਖ ਧਰਮ ਦੀ ਕੋਈ ਨਾ ਕਦਰ ਹੁੰਦੀ, ਇੱਥੇ ਅੱਲਾ ਹੀ ਅੱਲਾ ਪ੍ਰਧਾਨ ਹੁੰਦਾ। ਪਿਆਰੇ ਖਾਲਸਾ ਜੀ, ਕਲਗੀਧਰ ਪਾਤਸ਼ਾਹ ਜੀ ਦੀ ਦੇਸ਼ ਕੌਮ ਖਾਤਰ ਕੀਤੀ ਹੋਈ ਮਹਾਨ ਕੁਰਬਾਨੀ ਨੂੰ ਭੱਜਲਾ ਵਾਲਾ ਢਾਡੀ ਜਥਾ ਇਹੋ ਬਿਆਨ ਕਰਦਾ ਹੈ। ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਕੌਮ ਦੀ ਅਰਦਾਸ, ਸ਼ੌਂਕੀ ਸਾਹਿਬ ਦੀ ਲਿਖੀ ਚਿੱਠੀ, ਉਹਨਾਂ ਦੇ ਸਪੁੱਤਰ ਪ੍ਰਗਟ ਸਿੰਘ ਸ਼ੌਂਕੀ, ਸਵਰਾਜ ਸਿੰਘ ਜੀ ਤੇ ਸਰੰਗੀ ਮਾਸਟਰ ਲਛਮਣ ਸਿੰਘ ਜੀ ਚੋਪੜਾ ਇਹੋ ਬਿਆਨ ਕਰਨ ਲੱਗੇ ਹਨ। ਵਾਲਿਆ ਆਨੰਦਪੁਰ ਵਾਲਿਆ,
मैदाने जंग अंदर पखते हुए मैदान अंदर वर्दी तेग अगे बिरले सूरमे नित्रिया करते हैं। मैदाने जंग अंदर जूझण वाले सूरबीर योधियां की कहानी बहादुर सिंह से प्रगट सिंह शौकी जी का टाडी जता है यो बयान करता है। सच्ची मुच्ची मर दो सदाम।
ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸ਼ਾਂਤਮਈ ਵਸੀਲੇ ਫੇਲ ਹੋ ਜਾਣ ਤਾਂ ਉਸ ਵੇਲੇ ਖਾੜਕੂ ਜਥੇਬੰਦੀਆਂ ਹੋਂਦ ਵਿੱਚ ਆਉਂਦੀਆਂ ਹਨ। ਜਦੋਂ ਸੋਨੇ ਦੀ ਚਿੜੀ ਭਾਰਤ ਮਾਂ ਗੋਰੇ ਲਗੜ ਅੰਗਰੇਜ਼ ਦੇ ਪੰਜੇ ਵਿੱਚ ਆ ਗਈ ਤਾਂ ਉਸ ਨੂੰ ਛਡਾਉਣ ਲਈ ਹਿੰਦੁਸਤਾਨ ਵਿੱਚ ਅਨੇਕਾਂ ਗਦਰੀ ਲਹਿਰਾਂ ਹੋਂਦ ਵਿੱਚ ਆਈਆਂ, ਜਿਨ੍ਹਾਂ ਵਿੱਚੋਂ ਬੱਬਰ ਅਕਾਲੀ ਲਹਿਰ ਦਾ ਨਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਉੱਕਰਿਆ ਰਹੇਗਾ। ਪੰਜਾਬ ਦੀ ਧਰਤੀ ਨੂੰ ਮੋਟੇ ਰੂਪ ਵਿੱਚ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਮਾਝਾ, ਮਾਲਵਾ ਅਤੇ ਦੁਆਬਾ, ਜਿਨ੍ਹਾਂ ਵਿੱਚੋਂ ਦੁਆਬਾ ਕੁਰਬਾਨੀਆਂ ਕਰਨ ਵਿੱਚ ਮੋਹਰੀ ਰਿਹਾ। ਦੁਆਬੇ ਨੂੰ ਇਹ ਮਾਣ ਹਾਸਲ ਹੈ ਕਿ ਉਸਦੀ ਹਿੱਕ ਉੱਤੇ ਸਰਦਾਰ ਭਗਤ ਸਿੰਘ, ਸਰਦਾਰ ਕਿਸ਼ਨ ਸਿੰਘ ਅਤੇ ਸਰਦਾਰ ਕਰਮ ਸਿੰਘ ਵਰਗੇ ਹੋਰ ਅਨੇਕਾਂ ਯੋਧੇ ਜੰਮੇ, ਪਲੇ ਅਤੇ ਰੁੜਦੇ ਖੇਡਦੇ ਜਵਾਨ ਹੋਏ, ਦੇਸ਼ ਲਈ ਜਾਨਾਂ ਨਿਛਾਵਰ ਕੀਤੀਆਂ। ਦੁਆਬੇ ਦੇ ਸਮਾਨ ਨੂੰ ਦੁਆਬੇ ਦੇ ਸ਼੍ਰੋਮਣੀ ਢਾਡੀ ਅਮਰ ਸਿੰਘ ਛੌਂਕੀ ਨੇ ਜਿਸ ਤਰ੍ਹਾਂ ਸ਼ਬਦਾਂ ਰਾਹੀਂ ਸ਼ਿੰਗਾਰਿਆ ਹੈ, ਉਸ ਨੂੰ ਉਹਨਾਂ ਦੇ ਨੂਰੇ ਚਸ਼ਮ, ਪ੍ਰਗਟ ਸਿੰਘ ਛੌਂਕੀ ਦਾ ਢਾਡੀ ਜਥਾ, ਸਵਰਾਜ ਸਿੰਘ ਛੌਂਕੀ ਅਤੇ ਲਕਸ਼ਮਣ ਸਿੰਘ ਚੋਪੜਾ ਸਰੰਗੀ ਮਾਸਟਰ ਹੇ ਇਉਂ ਬਿਆਨ ਕਰਦੇ ਹਨ। ਸੰਸਾਰ ਯੁੱਧ ਖਤਮ ਹੋਇਆ, ਜਰਮਨੀ ਹਾਰ ਗਿਆ, ਅੰਗਰੇਜ਼ ਤੇ ਉਸਦੇ ਸਾਥੀ ਜਿੱਤ ਗਏ। ਯੁੱਧ ਵਿੱਚ ਭਾਰਤ ਵਾਸੀਆਂ ਨੇ ਅੰਗਰੇਜ਼ ਦੀ ਬਹੁਤ ਮਦਦ ਕੀਤੀ ਸੀ। ਉਸਦਾ ਨਾਮ ਅੰਗਰੇਜ਼ ਸਰਕਾਰ ਨੇ ਇਹ ਦਿੱਤਾ ਕਿ ਰੋਲ ਟੈਕਟ ਨਾਂ ਦਾ ਇੱਕ ਕਾਲਾ ਕਾਨੂੰਨ ਪਾਸ ਕਰ ਦਿੱਤਾ, ਜਿਸ ਦਾ ਮੰਤਵ ਦੇਸ਼ ਭਗਤਾਂ ਦੇ ਦਿਲਾਂ ਵਿੱਚ ਪੈਦਾ ਹੋਈ ਆਜ਼ਾਦੀ ਦੀ ਲੜਕ ਨੂੰ ਕੁਚਲਣਾ ਸੀ। ਭਾਰਤ ਵਾਸੀਆਂ ਨੇ ਸ਼ਾਂਤਮਈ ਅੰਦੋਲਨ ਸ਼ੁਰੂ ਕੀਤੇ। ਅੰਗਰੇਜ਼ ਸਰਕਾਰ ਨੇ ਜਲ੍ਹਿਆਂਵਾਲੇ ਬਾਗ ਵਿੱਚ ਲਹੂ ਦੇ ਦਰਿਆ ਵਗਾ ਦਿੱਤੇ। ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦਰਬਾਰ ਸਾਹਿਬ, ਤਰਨ ਤਾਰਨ, ਨਨਕਾਣਾ ਸਾਹਿਬ, ਪੰਜਾ ਸਾਹਿਬ, ਬਾਬੇ ਦੀ ਵੇਰ ਆਦਿ ਦੇ ਪ੍ਰਬੰਧ ਬਹੁਤ ਵਿਗੜ ਚੁੱਕੇ ਸਨ।
ਕਿਉਂਕਿ ਇਹ ਸਾਰੇ ਗੁਰਦੁਆਰੇ ਮਹਾਂਤਾਂ ਦੇ ਕਬਜ਼ੇ ਵਿੱਚ ਸਨ। ਸਿੱਖ ਇੱਕ ਪਾਸੇ ਆਜ਼ਾਦੀ ਦੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗੇ, ਦੂਜੇ ਪਾਸੇ ਗੁਰਦੁਆਰਾ ਸੁਧਾਰ ਲਈ ਜਥੇਬੰਦੀਆਂ ਬਣਾਉਣ ਲੱਗੇ। ਸ਼ਾਂਤਮਈ ਢੰਗ ਨਾਲ ਬਹੁਤ ਸਾਰੇ ਗੁਰਦੁਆਰਿਆਂ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਪਰ 21 ਫਰਵਰੀ 1921 ਦੀ ਸਵੇਰ ਨੂੰ ਜਦੋਂ ਜਥੇਦਾਰ ਲਛਮਣ ਸਿੰਘ ਦੀ ਅਗਵਾਈ ਵਿੱਚ ਅਕਾਲੀਆਂ ਦਾ ਜਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿੱਚ ਦਾਖਲ ਹੋਇਆ ਤਾਂ ਉਸ ਵੇਲੇ ਕੋਠੇ ਉੱਤੋਂ ਗੋਲੀਆਂ ਦੀ ਵਰਖਾ ਆਰੰਭ ਹੋ ਗਈ ਅਤੇ 86 ਅਕਾਲੀ ਸ਼ਹੀਦ ਹੋ ਗਏ। ਨਨਕਾਣਾ ਸਾਹਿਬ ਦੇ ਇਸ ਖੂਨੀ ਸਾਕੇ ਪਿੱਛੋਂ ਗਰਮ ਖਿਆਲੀ ਸਿੱਖਾਂ ਨੇ ਸ਼ਾਂਤਮਈ ਸੱਤਿਆਗ੍ਰਹਿ ਤਿਆਗ ਕੇ ਖੂਨ ਦਾ ਬਦਲਾ ਖੂਨ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਫੈਸਲਾ ਕਰ ਲਿਆ। 19, 20 ਅਤੇ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ। ਉੱਥੇ ਗਰਮ ਖਿਆਲੀਆਂ ਦੀ ਵੱਖਰੀ ਮੀਟਿੰਗ ਹੋਈ ਜਿਸ ਵਿੱਚ ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ, ਅਮਰ ਸਿੰਘ ਦਿੱਲੀ, ਬਿਜਲਾ ਸਿੰਘ ਪਟਿਆਲਾ, ਗੁਰਬਚਨ ਸਿੰਘ ਅੰਬਾਲਾ, ਅਮਰ ਸਿੰਘ ਕੋਟਵਾੜੇ ਖਾਂ, ਚਤਰ ਸਿੰਘ ਸ਼ੇਖੂਪੁਰਾ, ਸ਼ੰਕਰ ਸਿੰਘ ਪੰਡੋਰੀ, ਬਤਨ ਸਿੰਘ ਕਾਰੀ, ਚੰਚਲ ਸਿੰਘ ਜਿੰਡਿਆਲਾ, ਨਰਾਇਣ ਸਿੰਘ ਚਾਟੀ ਪਿੰਡ, ਬੇਲਾ ਸਿੰਘ, ਤੋਤਾ ਸਿੰਘ ਪਿਸ਼ਾਵਰ ਅਤੇ ਗੰਡਾ ਸਿੰਘ ਲੁਧਿਆਣਾ ਸ਼ਾਮਲ ਹੋਏ। ਗਰਮ ਖਿਆਲੀਆਂ ਦੀ ਇਸ ਮੀਟਿੰਗ ਦਾ ਵਰਣਨ ਭੱਜਣਾ ਵਾਲੇ ਢਾਡੀ ਜਥੇ ਤੋਂ ਇਸ ਤਰ੍ਹਾਂ ਸੁਣੋ। ਸਰਦਾਰ ਕਿਸ਼ਨ ਸਿੰਘ ਗੜਗੱਜ ਬੱਬਰਾਂ ਦੇ ਜਥੇਦਾਰ ਬਣੇ। ਸਰਦਾਰ ਕਰਮ ਸਿੰਘ ਦੌਲਤਪੁਰ ਬੱਬਰ ਅਕਾਲੀ ਦੁਆਬਾ ਅਖਬਾਰ ਦੇ ਐਡੀਟਰ ਬਣੇ। ਸਰਦਾਰ ਦਲੀਪ ਸਿੰਘ ਗੋਸਲ ਸਕੱਤਰ ਬਣੇ। ਬਾਬੂ ਸੰਤਾ ਸਿੰਘ ਖਜਾਨਚੀ ਬਣੇ ਅਤੇ ਹੋਰ ਬਹੁਤ ਸਾਰੇ ਬੱਬਰ ਮੈਦਾਨ ਵਿੱਚ ਆ ਗਏ। 3 ਨਵੰਬਰ 1922 ਨੂੰ ਬੱਬਰ ਆਗੂਆਂ ਦੀ ਗ੍ਰਿਫਤਾਰੀ ਲਈ ਇਨਾਮੀ ਇਸ਼ਤਿਹਾਰ ਕੱਢਿਆ ਗਿਆ। ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਗ੍ਰਿਫਤਾਰੀ ਲਈ 2000 ਰੁਪਏ,
ਐਡੀਟਰ ਕਰਮ ਸਿੰਘ ਦੌਲਤਪੁਰ ਦੀ ਗ੍ਰਿਫਤਾਰੀ ਲਈ 1,000 ਰੁਪਏ, ਕਰਮ ਸਿੰਘ ਚਿੰਗੜ ਅਤੇ ਦਲੀਪ ਸਿੰਘ ਗੋਸਲ ਦੀ ਗ੍ਰਿਫਤਾਰੀ ਲਈ 500 ਰੁਪਏ ਅਤੇ ਦਲੀਪ ਸਿੰਘ ਭਗੜੂਦੀ ਦੀ ਗ੍ਰਿਫਤਾਰੀ ਲਈ 250 ਰੁਪਏ ਇਨਾਮ ਵਜੋਂ ਰੱਖੇ ਗਏ। ਇਹ ਇਨਾਮੀ ਇਸ਼ਤਿਹਾਰ ਦੁਆਬੇ ਦੇ ਹਰ ਪਿੰਡ ਵਿੱਚ ਲਾਏ ਗਏ। ਸੈਂਕੜੇ ਪੁਲਸੀਏ ਬੱਬਰਾਂ ਨੂੰ ਗ੍ਰਿਫਤਾਰ ਕਰਨ ਲਈ ਪਿੰਡਾਂ ਵਿੱਚ ਖੁੱਲੇ ਤੌਰ ਤੇ ਅਤੇ ਗੁਪਤ ਰੂਪ ਵਿੱਚ ਹਰ ਹੱਲ ਕਰਦੇ ਫਿਰਦੇ ਸਨ। ਅੰਗਰੇਜ਼ ਦੇ ਝੋਲੀ ਚੁੱਕ ਅਤੇ ਕੌਮ ਦੇ ਗਦਾਰ ਸਿੰਘਾਂ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਲੈਣ ਲਈ ਤਰਲੋ ਮੱਛੀ ਹੋ ਰਹੇ ਸਨ। 25 ਦਸੰਬਰ 1922 ਨੂੰ ਹਰੀ ਸਿੰਘ ਜੱਸੋਵਾਲ ਦੀ ਹਵੇਲੀ ਵਿੱਚ ਬੱਬਰਾਂ ਮੀਟਿੰਗ ਕੀਤੀ, ਜਿਸ ਵਿੱਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਅਤੇ ਹੋਰ ਬਹੁਤ ਸਾਰੇ ਬੱਬਰ ਸ਼ਾਮਲ ਹੋਏ। ਜਥੇਦਾਰ ਕਿਸ਼ਨ ਸਿੰਘ ਗੜਗੱਜ ਨੇ ਅੰਗਰੇਜ਼ ਦੇ ਝੋਲੀ ਚੁੱਕਾਂ, ਕੌਮ ਦੇ ਗਦਾਰਾਂ ਅਤੇ ਇਨਾਮਾਂ ਦੇ ਲਾਲਚੀਆਂ ਨੂੰ ਸੋਧਣ ਬਾਰੇ ਬੱਬਰ ਸਾਥੀਆਂ ਨਾਲ ਆਪਣੇ ਵਿਚਾਰ ਇਉਂ ਸਾਂਝੇ ਕਰ ਰਹੇ ਹਨ। Thank you.
ਕੋਈ ਤੁਕਾ ਨੇ ਸਾਨੂੰ ਪਾਇਆ ਦੇਣਾ ਗੜਗੱਜ ਦੇ ਵਿਚਾਰ ਸੁਣ ਕੇ ਬੱਬਰ ਸ਼ੇਰਾਂ ਡੋਲੇ ਫੜ ਕੇ ਹੋਈਆਂ ਅੱਖਾਂ ਲਾਲ ਹੱਥ ਗਿਆ ਤਲਵਾਰਾਂ ਦੇ ਕਬਜ਼ੇ ਤੇ ਬੱਬਰ ਸ਼ੇਰ ਆਪਣੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮੋੜਵੇਂ ਜਵਾਬ ਵਿੱਚ ਇਉਂ ਕਹਿਣ ਲੱਗੇ ਜਿੱਥੇ ਵੀ ਕੋਈ ਝੋਲੀ ਚੁੱਕ ਕੌਮ ਗਦਾਰ ਮਿਲਦਾ ਬੱਬਰ ਪੰਗਾਰ ਕੇ ਉਸ ਉੱਪਰ ਹੱਲਾ ਬੋਲਦੇ ਇਨਾਮਾਂ ਦੇ ਲਾਲਚੀਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਨਰਕਾਂ ਦੇ ਮਰੱਬੇ ਲਾਟ ਕਰਨ ਲੱਗੇ ਬੱਬਰਾਂ ਨੇ ਝੋਲੀ ਚੁੱਕਾਂ ਕੌਮ ਗਦਾਰਾਂ ਦੀ ਹਿੱਟ ਲਿਸਟ ਬਣਾਈ ਜਿਸ ਨੂੰ ਕਾਲੀ ਫਹਿਰਿਸਤ ਕਹਿੰਦੇ ਬੱਬਰਾਂ ਨੇ ਕੁਝ ਸ਼ਬਦ ਆਪੋ ਵਿੱਚ ਗੱਲਬਾਤ ਕਰਨ ਵਾਸਤੇ ਆਪਣੇ ਹੀ ਬਣਾਏ ਸਨ ਉਹ ਪਿੰਡ ਪਤਾਰੇ ਨੂੰ ਮੱਕਾ ਕੋਰਟ ਫਤੂਈ ਨੂੰ ਚੀਫ ਕੋਰਟ ਜੱਸੋਵਾਲ ਨੂੰ ਹਾਈ ਕੋਰਟ ਕਿਸ਼ਨਪੁਰਾ ਨੂੰ ਵੱਡਾ ਹਸਪਤਾਲ ਅਤੇ ਕਤਲਕਾਰ ਨੂੰ ਸੁਧਾਰ ਆਖਿਆ ਕਰਦੇ ਸਨ ਬੱਬਰਾਂ ਵੱਲੋਂ ਝੋਲੀ ਚੁੱਕਾਂ ਕੌਮ ਗਦਾਰਾਂ ਨੂੰ ਸੁਧਾਰਨ ਦੇ ਪ੍ਰੋਗਰਾਮ ਦਾ ਵਰਣਨ ਪ੍ਰਗਟ ਸਿੰਘ ਛੌਂਕੀ ਦਾ ਢਾਡੀ ਜਥਾ ਸਵਰਾਜ ਸਿੰਘ ਛੌਂਕੀ ਅਤੇ ਸਰੰਗੀ ਮਾਸਟਰ ਲਕਸ਼ਮਣ ਸਿੰਘ ਚੋਪੜਾ ਇਉਂ ਕਰਦੇ ਹਨ ਹਾਂ
ਕ੍ਰਿਸ਼ਨ ਸਿੰਘ ਬਬਰ ਜਥੇਦਾਰ
ਧਾਰਮਿਕ ਪ੍ਰੋਗਰਾਮ ਜਾਂ ਮੇਲਾ ਹੁੰਦਾ, ਬੱਬਰ ਉੱਥੇ ਪਹੁੰਚ ਜਾਂਦੇ, ਧਾਰਮਿਕ ਦੁਕਾਨਾਂ ਵਿੱਚ ਭਾਸ਼ਣ ਦਿੰਦੇ। ਪੁਲਿਸ ਦੇਖਦੀ ਰਹਿੰਦੀ, ਪਰ ਬੱਬਰਾਂ ਨੂੰ ਫੜਨ ਦਾ ਹੌਸਲਾ ਪੁਲਿਸ ਨਾ ਕਰਦੀ। ਪਿੰਡਾਂ ਦੇ ਲੋਕ ਬੱਬਰਾਂ ਦਾ ਸਤਿਕਾਰ ਕਰਨ ਲੱਗੇ। ਬੱਬਰਾਂ ਨੇ ਬਹੁਤ ਸਾਰੇ ਡਾਕੂਆਂ ਨੂੰ ਸਿੱਧੇ ਰਾਹ ਪਾਇਆ। ਬੱਬਰ ਉਹਨਾਂ ਨੂੰ ਕਹਿੰਦੇ, ਲੋਕ ਤੁਹਾਨੂੰ ਭੈੜੀਆਂ ਨਜ਼ਰਾਂ ਨਾਲ ਦੇਖਦੇ ਹਨ ਅਤੇ ਸਾਡਾ ਸਤਿਕਾਰ ਕਰਦੇ ਹਨ। ਤੁਹਾਨੂੰ ਕੋਈ ਰੋਟੀ ਦੇ ਕੇ ਖੁਸ਼ ਨਹੀਂ, ਸਾਡੀ ਹਰ ਕੋਈ ਮਦਦ ਕਰਦਾ ਹੈ। ਬੱਬਰਾਂ ਦੇ ਅਨੋਖੇ ਕਾਰਨਾਮਿਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਗੱਭਰੂ ਬੱਬਰਾਂ ਨਾਲ ਜਾ ਰਲੇ। ਆਪਣੀ ਜਥੇਬੰਦੀ ਵਿੱਚ ਆਉਣ ਵਾਲੇ ਹਰ ਨੌਜਵਾਨ ਨੂੰ ਲੋੜ ਪੈਣ ਤੇ ਦੇਸ਼ ਕੌਮ ਤੋਂ ਮਰ ਮਿੱਟਣ ਲਈ ਇਉਂ ਪ੍ਰੇਰਦੇ। ਮੱਚੀ ਲੜਾਈ ਤੇ ਸੂਰਿਆ ਤੂੰ ਮੁਖੜਾ ਨਾ ਮੋੜੀ, ਹੁਣ ਮੱਚੀ ਲੜਾਈ ਤੇ ਸੂਰਿਆ ਤੂੰ ਮੁਖੜਾ ਨਾ ਮੋੜੀ, ਮੱਚੀ ਲੜਾਈ ਤੇ ਸੂਰਿਆ ਤੂੰ ਮੁਖੜਾ ਨਾ ਮੋੜੀ, ਹੁਣ ਮੱਚੀ ਲੜਾਈ ਤੇ ਸੂਰਿਆ ਤੂੰ ਮੁਖੜਾ ਨਾ ਮੋੜੀ। ਬੱਬਰਾਂ ਨੇ ਬਹੁਤ ਸਾਰੇ ਗਦਾਰ ਸੋਧੇ, ਝੋਲੀ ਚੁੱਕ ਖਤਮ ਕੀਤੇ, ਮੁਖਬਰ ਉਡਾਏ, CID ਵਾਲੇ ਗੱਡੀ ਚਾੜੇ ਅਤੇ ਹਰ ਗੰਦੇ ਅੰਸਰ ਨੂੰ ਨਰਕਾਂ ਵੱਲ ਤੋਰਿਆ। ਬੱਬਰਾਂ ਦੀ ਚਾਚਾ ਹਰ ਪਾਸੇ ਹੋਣ ਲੱਗੀ।
ਅੰਗਰੇਜ਼ ਸਰਕਾਰ ਕੰਬ ਉੱਠੀ ਅਤੇ ਬੱਬਰਾਂ ਨੂੰ ਖਤਮ ਕਰਨ ਦੇ ਮਨਸੂਬੇ ਸੋਚਣ ਲੱਗੀ। ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ 26 ਫਰਵਰੀ 1923 ਨੂੰ ਗ੍ਰਿਫਤਾਰ ਕਰ ਲਿਆ ਗਿਆ। ਬੱਬਰਾਂ ਦੀ ਜਥੇਬੰਦੀ ਨੂੰ ਉਸ ਵੇਲੇ ਧੱਕਾ ਲੱਗਾ ਜਦੋਂ ਉਹਨਾਂ ਦੀ ਹੀ ਜਥੇਬੰਦੀ ਦੇ ਮੈਂਬਰ ਅਨੂਪ ਸਿੰਘ ਨੇ ਆਪਣੇ ਚਾਚੇ ਬੋਗ ਸਿੰਘ ਦੀਆਂ ਗੱਲਾਂ ਵਿੱਚ ਆ ਕੇ ਲਾਲਚ ਵੱਸ ਹੋ ਕੇ ਆਪਣੇ ਬੱਬਰ ਆਗੂਆਂ ਨੂੰ ਫੜਾਉਣ ਦਾ ਮਨ ਬਣਾ ਲਿਆ। 31 ਅਗਸਤ 1923 ਦੀ ਰਾਤ ਨੂੰ ਜਦੋਂ ਕਰਮ ਸਿੰਘ ਦੌਲਤਪੁਰ, ਉਦੇ ਸਿੰਘ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਅਤੇ ਅਨੂਪ ਸਿੰਘ ਡਮੇਲੀ ਤੋਂ ਬਵੇਲੀ ਨੂੰ ਚੱਲੇ ਤਾਂ ਅਨੂਪ ਸਿੰਘ ਨੇ ਬਿਮਾਰ ਮਾਸੀ ਨੂੰ ਮਿਲ ਕੇ ਆਉਣ ਦਾ ਬਹਾਨਾ ਕੀਤਾ ਅਤੇ ਬਵੇਲੀ ਵਾਲੇ ਰਾਹ ਵਿੱਚ ਮਿਲਣ ਦਾ ਵਾਅਦਾ ਕੀਤਾ। ਗਦਾਰ ਅਨੂਪ ਸਿੰਘ ਨੇ ਮਾਸੀ ਦੇ ਪੁੱਤਰ ਨੂੰ ਆਪਣੇ ਚਾਚੇ ਬੋਗ ਸਿੰਘ ਪਾਸ ਇਹ ਖ਼ਬਰ ਦੇਣ ਲਈ ਭੇਜਿਆ ਕਿ ਬੱਬਰ ਅੱਜ ਬਵੇਲੀ ਵਾਲੇ ਸ਼ਿਵ ਸਿੰਘ ਦੀ ਹਵੇਲੀ ਵਿੱਚ ਠਹਿਰਨਗੇ, ਪੁਲਿਸ ਆ ਕੇ ਉਹਨਾਂ ਨੂੰ ਫੜ ਲਵੇ। ਪੁਲਿਸ ਨੇ ਬਵੇਲੀ ਪਿੰਡ ਚਾਰੇ ਪਾਸਿਓਂ ਘੇਰ ਲਿਆ। ਸ਼ਿਵ ਸਿੰਘ ਨੇ ਕਰਮ ਸਿੰਘ ਦੌਲਤਪੁਰ ਨੂੰ ਦੱਸਿਆ ਕਿ ਪਿੰਡ ਨੂੰ ਪੁਲਿਸ ਅਤੇ ਫੌਜ ਨੇ ਘੇਰਾ ਪਾ ਲਿਆ ਹੈ। ਬੱਬਰਾਂ ਆਪਣੇ ਹਥਿਆਰ ਸੰਭਾਲੇ ਪਰ ਗਦਾਰ ਅਨੂਪ ਸਿੰਘ ਨੇ ਸਾਰੇ ਹਥਿਆਰ ਪਹਿਲਾਂ ਹੀ ਨਕਾਰਾ ਕਰ ਦਿੱਤੇ ਸਨ। ਬੱਬਰ ਖਾਲਸਿਆਂ ਨੇ ਲੈ ਕੇ ਗੱਲ ਕੀ ਤਰਦਾ ਨਾ ਧੂਕੇ ਤਲਵਾਰਾਂ ਛੱਡੇ ਜਕਾਰੇ ਆਏ ਹੋਏ ਗੋਰੇ ਸਿਪਾਹੀਆਂ ਨਾਲ ਦੋ ਹੱਥ ਕਰਨਾ ਚਾਹੁੰਦੇ ਆ। Thank you.
1923 ਨੂੰ ਚਾਰੇ ਬੱਬਰ ਮੈਦਾਨੇ ਜੰਗ ਵਿੱਚ ਲੜਦਿਆਂ ਸ਼ਹੀਦ ਹੋ ਗਏ। ਫਿਰੋਜ਼ੀਨ ਸ਼ਰਫ ਕਹਿੰਦਾ ਹੈ, ਜਦੋਂ ਕਿਸੇ ਵੀ ਦੇਸ਼ ਜਾਂ ਕੌਮ ਅੰਦਰ ਆਜ਼ਾਦੀ ਦੀ ਵਗ ਦੀਏ, ਉਸ ਦੇਸ਼ ਦੀਆਂ ਸੱਚੀਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾਲ ਸੀਸ ਦੇ ਪੱਗ ਦੀਏ, ਘਰ ਲੱਖਾਂ ਹੀ ਉੱਜੜ ਕੇ ਮੱਖੀਆਂ ਦੇ ਬੱਤੀ ਫਿਰ ਮੋਮ ਦੀ ਜਗਦੀ ਏ, ਸ਼ਰਫ ਖੂਨ ਗਰੀਬਾਂ ਦਾ ਨੁੱਚੜ ਜਾਂਦਾ, ਮਹਿੰਦੀ ਹੋਰਨਾਂ ਦੇ ਹੱਥੀ ਲੱਗਦੀ ਏ। ਕੁਦਰਤ ਦਾ ਅਟਲ ਨਿਯਮ ਹੈ, ਜੰਗ ਵਿੱਚੋਂ ਅਮਨ, ਕੁਰਬਾਨੀ ਵਿੱਚੋਂ ਆਜ਼ਾਦੀ ਅਤੇ ਮੌਤ ਵਿੱਚੋਂ ਜ਼ਿੰਦਗੀ ਪੈਦਾ ਹੁੰਦੀ ਹੈ। ਇਹ ਸੱਚ ਨੂੰ ਪੰਜਲਾਂ ਵਾਲੇ ਪ੍ਰਗਟ ਸਿੰਘ ਛੌਂਕੀ, ਸਵਰਾਜ ਸਿੰਘ ਛੌਂਕੀ ਅਤੇ ਸਰੰਗੀ ਮਾਸਟਰ ਲਕਸ਼ਮਣ ਸਿੰਘ ਚੋਪੜਾ ਪੈਲੀ ਵਾਲੇ ਇਉਂ ਬਿਆਨ ਕਰਦੇ ਹਨ। Yeah.